ਕਾਂ ਨੂੰ ਅਸੀਂ ਹਮੇਸ਼ਾ ਤੋਂ ਹੀ ਇੱਕ ਗੰਦਾ ਤੇ ਇੱਕ ਡਰਪੋਕ ਪੰਛੀ ਸਮਝਿਆ ਹੈ, ਪਰ ਅੱਜ ਦੀ ਵੀਡੀਓ ਨੂੰ ਜਦੋਂ ਤੁਸੀਂ ਪੂਰਾ ਦੇਖੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਾਂ ਕਿੰਨਾ ਜ਼ਿਆਦਾ ਸਮਝਦਾਰ ਪੰਛੀ ਹੈ। ਕਾਂ ਦੀ ਇਹ ਖਾਸੀਅਤ ਹੈ ਕਿ ਉਹ ਦਰਖਤ ਦੀਆਂ ਛੋਟੀਆਂ ਛੋਟੀਆਂ ਟਾਹਣੀਆਂ ਨੂੰ ਔਜ਼ਾਰ ਦੀ ਤਰ੍ਹਾਂ ਵਰਤ ਕੇ ਆਪਣਾ ਖਾਣਾ ਲੱਭਣਾ ਜਾਣਦਾ ਹੈ। ਜੇਕਰ ਚੋਰ ਡਾਕੂ ਕਾਂ ਦੇ ਦਿਮਾਗ ਨੂੰ ਸਮਝ ਲੈਣ ਤਾਂ ਉਹ ਵੱਡੇ ਤੋਂ ਵੱਡੇ ਬੈਂਕ ਦਾ ਜਿੰਦਾ ਵੀ ਬੜੀ ਆਸਾਨੀ ਦੇ ਨਾਲ ਖੋਲ ਸਕਦੇ ਨੇ। ਕਾਂ ਦੇ ਦਿਮਾਗ ਦੇ ਵਿੱਚ 1.5 ਬਿਲੀਅਨਸ ਨਿਊਰੋਨਸ ਹੁੰਦੇ ਨੇ ਤੇ ਇੰਨੇ ਹੀ ਨਿਊਰੋਨਸ ਬਹੁਤ ਸਾਰੀਆਂ ਬਾਂਦਰਾਂ ਦੀਆਂ ਨਸਲਾਂ ਦੇ ਵਿੱਚ ਵੀ ਪਾਏ ਜਾਂਦੇ ਨੇ। ਪਰ ਇੱਥੇ ਇੱਕ ਬਹੁਤ ਵੱਡਾ ਅੰਤਰ ਇਹ ਹੈ ਕਿ ਕਾਂ ਦੇ ਸਿਰ ਦਾ ਸਾਈਜ਼ ਤੇ ਬਾਂਦਰ ਦੇ ਸਿਰ ਦੇ ਸਾਈਜ਼ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੁੰਦਾ ਹੈ। ਕਾਂ ਦਾ ਛੋਟਾ ਸਿਰ ਹੋਣ ਕਰਕੇ ਉਸਦੇ ਛੋਟੇ ਦਿਮਾਗ ਦੇ ਵਿੱਚ ਇਹ ਸਾਰੇ ਨਿਊਰੋਨਸ ਇੱਕ ਦੂਜੇ ਦੇ ਬਹੁਤ ਜ਼ਿਆਦਾ ਨੇੜੇ ਨੇੜੇ ਹੁੰਦੇ ਨੇ। ਇਸ ਦਾ ਮਤਲਬ ਇਹ ਕਿ ਕਾਂ ਦੇ ਦਿਮਾਗ ਦੇ ਅੰਦਰ ਫਟਾਫਟ ਸਿਗਨਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਨੇ। ਕਾਂ ਦੇ ਦਿਮਾਗ ਦੇ ਅੰਦਰ ਮੌਜੂਦ ਨਿਊਰੋਨਸ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕਮਿਊਨੀਕੇਸ਼ਨ ਹੁੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਕੋਈ ਇਨਸਾਨ ਕਾਂ ਦੇ ਮਾਰਨ ਦੇ ਲਈ ਥੱਲੇ ਤੋਂ ਰੂੜੇ ਨੂੰ ਝੋਕੇ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੂਜੇ ਪਾਸੇ ਕਾਂ ਉੱਡ ਚੁੱਕਿਆ ਹੁੰਦਾ ਹੈ। ਕਾਂ ਦੇ ਦਿਮਾਗ ਦਾ IQ ਲੈਵਲ ਬਹੁਤ ਜ਼ਿਆਦਾ ਜ਼ਬਰਦਸਤ ਹੈ ਤੇ ਰਿਸਰਚਰ ਤਾਂ ਇਹ ਤੱਕ ਮੰਨਦੇ ਨੇ ਕਿ ਕਾਂ ਦੇ ਦਿਮਾਗ ਦੇ ਵਿੱਚ 7 ਸਾਲ ਦੇ ਬੱਚੇ ਜਿੰਨੀ ਸਮਝ ਹੁੰਦੀ ਹੈ। ਕਾਂ ਇੱਕ ਮੁਰਦਾਖੋਰ ਪੰਛੀ ਹੈ ਪਰ ਇਹ ਉਸਦੀ ਖੁਰਾਕ ਦਾ ਮੁੱਖ ਸਾਧਨ ਨਹੀਂ ਹੈ। ਤੁਹਾਡੇ ਨਾਲ ਵੀ ਕਈ ਵਾਰ ਹੋਇਆ ਹੋਵੇਗਾ ਕਿ ਜਦੋਂ ਤੁਸੀਂ ਰੋਟੀ ਦੀ ਥਾਲੀ ਰੱਖ ਕੇ ਹੱਥ ਧੋਣ ਦੇ ਲਈ ਜਾਂਦੇ ਹੋ ਤੇ ਵਾਪਸ ਆ ਕੇ ਤੁਸੀਂ ਦੇਖਦੇ ਹੋ ਕਿ ਤੁਹਾਡੀ ਰੋਟੀ ਲੈ ਕੇ ਕਾਂ ਉੱਡ ਚੁੱਕਿਆ ਹੈ। ਜੇਕਰ ਤੁਸੀਂ ਹਰ ਰੋਜ਼ ਬਾਹਰ ਬਹਿ ਕੇ ਰੋਟੀ ਖਾਂਦੇ ਹੋ ਤੇ ਤੁਹਾਡੇ ਆਲੇ ਦੁਆਲੇ ਕੋਈ ਕਾਂ ਹੈ, ਯਕੀਨ ਮੰਨੋ ਕਿ ਕਾਂ ਤੁਹਾਡੇ ਖਾਣੇ ਦਾ ਸਾਰਾ ਟਾਈਮ ਟੇਬਲ ਜਾਣਦਾ ਹੈ ਕਿ ਤੁਸੀਂ ਸਵੇਰ ਦੀ ਰੋਟੀ ਕਿਸ ਟਾਈਮ ਖਾਂਦੇ ਹੋ, ਦੁਪਹਿਰ ਦੀ ਕਿਸ ਟਾਈਮ ਖਾਂਦੇ ਹੋ ਤੇ ਸ਼ਾਮ ਦੀ ਕਿਸ ਟਾਈਮ ਖਾਂਦੇ ਹੋ। ਜੇਕਰ ਤੁਸੀਂ ਦਿਨਾਂ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਡਿਸ਼ ਬਣਾਉਂਦੇ ਹੋ ਤਾਂ ਕਾਂ ਨੂੰ ਇਹ ਤੱਕ ਪਤਾ ਹੁੰਦਾ ਹੈ ਕਿ ਤੁਸੀਂ ਕਿਹੜੇ ਦਿਨ ਕਿਹੜੀ ਡਿਸ਼ ਬਣਾਉਣੀ ਹੈ ਤੇ ਜਿਹੜੇ ਦਿਨ ਕਾਂ ਦੀ ਫੇਵਰਿਟ ਡਿਸ਼ ਤੁਸੀਂ ਖਾਣੀ ਹੁੰਦੀ ਹੈ ਉਹ ਦਿਨ ਕਾਂ ਤੁਹਾਡੇ ਤੋਂ ਪਹਿਲਾਂ ਉਹ ਜਗ੍ਹਾ ਤੇ ਬੈਠਾ ਹੋਵੇਗਾ। ਇਸ ਤਰ੍ਹਾਂ ਹੀ ਕਾਂ ਕੂੜਾ ਚੱਕਣ ਵਾਲੀਆਂ ਗੱਡੀਆਂ ਦੇ ਟਾਈਮ ਟੇਬਲ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣਦਾ ਹੈ। ਕਾਂ ਨੂੰ ਸਬਜ਼ੀ ਮੰਡੀ ਅਤੇ ਮੀਟ ਦੀਆਂ ਦੁਕਾਨਾਂ ਦਾ ਸਾਰਾ ਟਾਈਮ ਟੇਬਲ ਪਤਾ ਹੁੰਦਾ ਹੈ ਕਿ ਉਹ ਕਿਸ ਟਾਈਮ ਖੁੱਲਦੀਆਂ ਨੇ ਤੇ ਕਿਸ ਟਾਈਮ ਬੰਦ ਹੁੰਦੀਆਂ ਨੇ। ਜਿਸ ਜਗ੍ਹਾ ਤੇ ਖੁਰਾਕ ਆਸਾਨੀ ਦੇ ਨਾਲ ਮਿਲਦੀ ਹੋਵੇ ਕਾਂ ਉਹ ਜਗ੍ਹਾ ਤੋਂ ਪੂਰੀ ਚੰਗੀ ਤਰ੍ਹਾਂ ਨਾਲ ਜਾਣੂ ਹੁੰਦਾ ਹੈ। ਕਾਂ ਫਲ, ਬੀਜ, ਮੀਟ, ਸਬਜ਼ੀਆਂ, ਪੰਛੀ ਇੱਥੋਂ ਤੱਕ ਕਿ ਮੁਰਦੇ ਇਨਸਾਨਾਂ ਨੂੰ ਵੀ ਖਾ ਜਾਂਦਾ ਹੈ। ਕਾਂ ਛੋਟੇ ਪੰਛੀਆਂ ਤੇ ਉਹਨਾਂ ਦੇ ਆਂਡਿਆਂ ਨੂੰ ਵੀ ਖਾ ਜਾਂਦਾ ਹੈ। ਇਹ ਇੱਕ ਮੌਕਾ ਪ੍ਰਸਤ ਪੰਛੀ ਹੈ, ਇਸ ਨੂੰ ਜਿਹੜਾ ਵੀ ਖਾਣਾ ਮਿਲਦਾ ਹੈ ਇਹ ਖਾ ਜਾਂਦਾ ਹੈ। ਕਾਂ ਨੂੰ ਅਕਸਰ ਰੇਤਾ ਵੀ ਖਾਂਦਾ ਦੇਖਿਆ ਗਿਆ ਹੈ। ਇਹ ਬਹੁਤ ਸਾਰੇ ਪੰਛੀ ਨੇ ਜਿਹੜੇ ਰੇਤਾ ਖਾਂਦੇ ਨੇ ਉਹ ਇਸ ਕਰਕੇ ਕਿਉਂਕਿ ਪੰਛੀਆਂ ਦੇ ਦੰਦ ਨਹੀਂ ਹੁੰਦੇ ਤੇ ਰੇਤਾ ਉਹਨਾਂ ਦੇ ਅੰਦਰ ਚੱਕੀ ਵਾਂਗੂ ਕੰਮ ਕਰਦਾ ਹੈ ਤੇ ਉਹਨਾਂ ਦੇ ਭੋਜਨ ਨੂੰ ਪਚਾ ਦਿੰਦਾ ਹੈ। ਜੇਕਰ ਤੁਹਾਡੀ ਕਾਂ ਦੇ ਨਾਲ ਦੋਸਤੀ ਹੋ ਜਾਂਦੀ ਹੈ ਤਾਂ ਤੁਸੀਂ ਕਾਫੀ ਜ਼ਿਆਦਾ ਫਾਇਦੇ ਦੇ ਵਿੱਚ ਰਹੋਗੇ, ਬਸ਼ਰਤੇ ਤੁਸੀਂ ਕਾਂ ਨੂੰ ਇਹ ਚੀਜ਼ ਸਮਝਾ ਦਿਓ ਕਿ ਤੁਹਾਨੂੰ ਕੀ-ਕੀ ਚੀਜ਼ਾਂ ਪਸੰਦ ਨੇ। ਕਾਂ ਇੱਕ ਅਜਿਹਾ ਪੰਛੀ ਹੈ ਜਿਹੜਾ ਕਿਸੇ ਦਾ ਵੀ ਆਸਾਨ ਆਪਣੇ ਉੱਪਰ ਨਹੀਂ ਰੱਖਦਾ। ਜੇਕਰ ਤੁਸੀਂ ਇਸ ਨੂੰ ਦਾਣੇ ਪਾਉਣੇ ਰੋਜ਼ ਸ਼ੁਰੂ ਕਰ ਦਵੋਗੇ ਤਾਂ ਇਹ ਤੁਹਾਨੂੰ ਤੋਹਫੇ ਲਿਆ ਕੇ ਦੇਣ ਲੱਗ ਜਾਵੇਗਾ। ਹਾਂਜੀ, ਤੁਸੀਂ ਬਿਲਕੁਲ ਸਹੀ ਸੁਣਿਆ, ਕਾਂ ਇੱਕ ਅਜਿਹਾ ਪੰਛੀ ਹੈ ਜਿਹੜਾ ਇਨਸਾਨਾਂ ਦੇ ਲਈ ਤੋਹਫੇ ਜਾਂ ਕਹੀਏ ਗਿਫਟ ਲੈ ਕੇ ਆਉਂਦਾ ਹੈ। ਅਮਰੀਕਾ ਦੇ ਵਿੱਚ ਨੈਂਸੀ ਨਾਮ ਦੀ ਇੱਕ ਛੋਟੀ ਬੱਚੀ ਨੇ ਕਾਂਵਾਂ ਦੇ ਨਾਲ ਦੋਸਤੀ ਕਰ ਲਈ ਸੀ। ਉਹ ਹਰ ਰੋਜ਼ ਕਾਂਵਾਂ ਨੂੰ ਦਾਣੇ ਪਾਉਂਦੀ ਸੀ ਤੇ ਕਾਂਵਾਂ ਨੇ ਉਹ ਬੱਚੀ ਨੂੰ ਤੋਹਫੇ ਲਿਆ ਕੇ ਦੇਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦੇ ਵਿੱਚ ਲੋਹੇ ਅਤੇ ਤਾਂਬੇ ਦੇ ਛੋਟੇ ਛੋਟੇ ਟੁਕੜੇ ਹੁੰਦੇ ਸੀ ਤੇ ਉਹ ਉਸ ਨੂੰ ਗਹਿਣੇ ਤੇ ਖਿਡੌਣਿਆਂ ਦੇ ਟੁਕੜੇ ਅਤੇ ਹੱਡੀਆਂ ਵੀ ਲਿਆ ਕੇ ਦਿੰਦੇ ਸਨ। ਕਾਂ ਅਜਿਹਾ ਇਸ ਲਈ ਕਰਦਾ ਹੈ ਤਾਂ ਕਿ ਉਹ ਦਾਣਾ ਪਾਉਣ ਵਾਲੇ ਇਨਸਾਨ ਦੇ ਨਾਲ ਆਪਣਾ ਰਿਸ਼ਤਾ ਹੋਰ ਵਧੀਆ ਬਣਾ ਸਕੇ, ਤਾਂ ਕਿ ਉਸ ਨੂੰ ਬਿਨਾਂ ਭੱਜ ਨੱਠ ਕੀਤੇ ਤੋਂ ਵਧੀਆ ਖੁਰਾਕ ਟਾਈਮ ਸਿਰ ਮਿਲਦੀ ਰਹੇ। ਕਾਂ ਪੰਛੀਆਂ ਦੀ ਦੁਨੀਆ ਦਾ ਸਲਮਾਨ ਖਾਨ ਹੈ, ਜਿਸ ਦਾ ਕਰਦਾ ਹੈ ਦਿਲੋਂ ਕਰਦਾ ਹੈ, ਜਿਸ ਨੂੰ ਛੱਡਦਾ ਹੈ ਦਿਲੋਂ ਛੱਡਦਾ ਹੈ। ਕਾਂ ਇੱਕ ਸਮਾਜਿਕ ਜਾਂ ਕਹੀਏ ਸੋਸ਼ਲ ਪੰਛੀ ਹੈ ਤੇ ਇਹ ਆਪਣੇ ਝੁੰਡ ਦੇ ਵਿੱਚ ਰਹਿੰਦਾ ਹੈ। ਜੇਕਰ ਤੁਸੀਂ ਕਾਂ ਦੇ ਇੱਕ ਵਾਰ ਰੋੜਾ ਮਾਰ ਦਿੰਦੇ ਹੋ ਉਸ ਤੋਂ ਬਾਅਦ ਕਾਂ ਦਾ ਖਾਨਦਾਨ ਜਦੋਂ ਵੀ ਤੁਹਾਨੂੰ ਦੇਖੇਗਾ ਤੁਹਾਨੂੰ ਕੋਸੇਗਾ, ਜਾਨੀ ਕਿ ਤੁਹਾਨੂੰ ਦੇਖ ਕੇ ਉਹ ਸਾਰੇ ਰੌਲਾ ਪਾਉਣ ਲੱਗ ਜਾਣਗੇ। ਜੇਕਰ ਤੁਸੀਂ ਗਲਤੀ ਦੇ ਨਾਲ ਕਿਸੇ ਦਿਨ ਕਾਂ ਨੂੰ ਮਾਰ ਦਿੱਤਾ ਤਾਂ ਤੁਸੀਂ ਸਮਝ ਲਿਓ ਕਿ ਤੁਸੀਂ ਸਾਰੀ ਉਮਰ ਦੇ ਲਈ ਆਪਣੇ ਮਗਰ ਟੀਨ ਦਾ ਪੀਪਾ ਬੰਨ ਲਿਆ, ਜਿਹੜਾ ਕਿ ਸਾਰੀ ਉਮਰ ਹੀ ਵੱਜਦਾ ਰਹੇਗਾ, ਕਿਉਂਕਿ ਕਾਂ ਬਦਲਾ ਲੈਣ ਦਾ ਇਰਾਦਾ ਹਮੇਸ਼ਾ ਰੱਖਦਾ ਹੈ ਤੇ ਉਹ ਆਪਣੀ ਨਵੀਂ ਪੀੜ੍ਹੀ ਨੂੰ ਵੀ ਤੁਹਾਡੇ ਹੁਲੀਏ ਬਾਰੇ ਦੱਸੇਗਾ ਕਿ ਇਹ ਬੰਦੇ ਨੇ ਆਪਣੇ ਇੱਕ ਸਾਥੀ ਨੂੰ ਮਾਰਿਆ ਸੀ। ਕਾਂ ਦੀ ਯਾਦਦਾਸ਼ਤ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ, ਇਹ ਚੰਗੇ ਅਤੇ ਮਾੜੇ ਲੋਕਾਂ ਨੂੰ ਕਦੇ ਵੀ ਨਹੀਂ ਭੁੱਲਦਾ। ਜਦੋਂ ਕਿ ਕਾਂ ਮਰ ਜਾਂਦਾ ਹੈ ਤਾਂ ਸਾਰੇ ਕਾਂ ਉਸ ਦੇ ਆਲੇ ਦੁਆਲੇ ਬੈਠ ਕੇ ਮਾਤਮ ਮਨਾਉਂਦੇ ਨੇ। ਐਕਸਪਰਟ ਦਾ ਮੰਨਣਾ ਹੈ ਕਿ ਇਹ ਅਜਿਹਾ ਇਸ ਕਰਕੇ ਕਰਦੇ ਨੇ ਕਿ ਤਾਂ ਕਿ ਦੂਜੇ ਕਾਂਵਾਂ ਨੂੰ ਦੱਸ ਸਕਣ ਕਿ ਇਹ ਏਰੀਏ ਦੇ ਵਿੱਚ ਖਤਰਾ ਹੈ, ਤਾਂ ਹੀ ਇੱਥੇ ਆਪਣੇ ਇੱਕ ਸਾਥੀ ਦੀ ਮੌਤ ਹੋਈ ਹੈ। ਕਾਂ ਬਿਮਾਰ ਅਤੇ ਕਮਜ਼ੋਰ ਕਾਂ ਨੂੰ ਆਪਣੇ ਝੁੰਡ ਦੇ ਵਿੱਚ ਬਿਲਕੁਲ ਵੀ ਨਹੀਂ ਪਸੰਦ ਕਰਦੇ, ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਰੇ ਝੁੰਡ ਦੇ ਲਈ ਖਤਰਾ ਬਣ ਸਕਦਾ ਹੈ, ਕਿਉਂਕਿ ਅਜਿਹੇ ਕਮਜ਼ੋਰ ਕਾਂ ਦਾ ਬਿੱਲੀ ਅਤੇ ਉੱਲੂ ਸ਼ਿਕਾਰ ਕਰ ਸਕਦੇ ਨੇ ਤੇ ਇਸ ਕਰਕੇ ਅਕਸਰ ਹੀ ਕਮਜ਼ੋਰ ਕਾਂ ਨੂੰ ਬਾਕੀ ਦੇ ਕਾਂ ਚੁੰਝਾ ਮਾਰ ਕੇ ਮਾਰ ਦਿੰਦੇ ਨੇ। ਕਾਂ ਜ਼ਮੀਨ ਨੂੰ ਖੁਰਚ ਕੇ ਚੀਜ਼ਾਂ ਨੂੰ ਲੱਭਣਾ ਅਤੇ ਲੁਕਾਉਣਾ ਜਾਣਦਾ ਹੈ। ਜਿਸ ਜਗ੍ਹਾ ਤੇ ਕਾਂਵਾਂ ਨੂੰ ਕੋਈ ਬਿਮਾਰੀ ਲੱਗਣ ਲੱਗ ਜਾਵੇ ਇਹ ਉਹ ਜਗ੍ਹਾ ਨੂੰ ਛੱਡ ਕੇ ਅੱਗੇ ਚਲੇ ਜਾਂਦੇ ਨੇ। ਕਾਂ ਛੋਟੀਆਂ ਛੋਟੀਆਂ ਟਾਹਣੀਆਂ ਦੇ ਨਾਲ ਆਪਣਾ ਆਲ੍ਹਣਾ ਬਣਾਉਂਦਾ ਹੈ ਤੇ ਇਹ ਉਸ ਦਰਖਤ ਦੇ ਉੱਪਰ ਆਪਣਾ ਆਲ੍ਹਣਾ ਬਣਾਉਂਦਾ ਹੈ ਜਿਹੜਾ ਬਹੁਤ ਜ਼ਿਆਦਾ ਸੰਘਣਾ ਅਤੇ ਫੈਲਿਆ ਹੁੰਦਾ ਹੈ। ਕਾਂ
ਕਰੋ ਅਤੇ ਮੀਟ ਦੇ ਛੋਟੇ ਛੋਟੇ ਟੁਕੜੇ ਪਾਉਣੇ ਸ਼ੁਰੂ ਕਰ ਦਵੋ ਤੇ ਇਸ ਤੋਂ ਕੁਝ ਦਿਨਾਂ ਬਾਅਦ ਹੀ ਕਾਂ ਤੁਹਾਡੇ ਲਈ ਗਿਫਟ ਜਾਂ ਕਹੀਏ ਤੋਹਫੇ ਲਿਆਉਣੇ ਸ਼ੁਰੂ ਕਰ ਦੇਵੇਗਾ। ਜੇਕਰ ਕਾਂ ਤੁਹਾਡਾ ਤੇ ਤੁਹਾਡੀਆਂ ਫਸਲਾਂ ਦਾ ਨੁਕਸਾਨ ਕਰਦੇ ਨੇ ਤੇ ਤੁਸੀਂ ਇਹਨਾਂ ਨੂੰ ਭਜਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉੱਲੂ ਅਤੇ ਬਿੱਲੀ ਦਾ ਪੁਤਲਾ ਬਣਾ ਕੇ ਉਸ ਜਗ੍ਹਾ ਦੇ ਉੱਪਰ ਲਗਾ ਦਿਓ ਜਾਂ ਫਿਰ ਕੋਈ ਰੋਸ਼ਨੀ ਪੈਦਾ ਕਰਨ ਵਾਲੀ ਚੀਜ਼ ਜਿਵੇਂ ਕਿ ਡੀਵੀਡੀ ਜਾਂ ਸੀਡੀ ਹੁੰਦੀ ਹੈ ਉਹਨੂੰ ਕਿਸੇ ਇਹੋ ਜਿਹੀ ਜਗ੍ਹਾ ਤੇ ਰੱਖ ਦਿਓ ਜਿੱਥੋਂ ਹੈਲਦੀ ਰਹੇ। ਕਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਭੱਜ ਜਾਂਦੇ ਨੇ ਤੇ ਮੁੜ ਕੇ ਉਸ ਜਗ੍ਹਾ ਤੇ ਕਦੇ ਨਹੀਂ ਆਉਂਦੇ। ਕੁਦਰਤ ਨੇ ਕਾਂ ਦੀ ਡਿਊਟੀ ਲਈ ਹੈ ਗਲੇ ਸੜੇ ਪੌਦੇ ਤੇ ਗਲਿਆ ਸੜਿਆ ਮਾਸ ਖਾਣ ਦੀ ਤਾਂ ਕਿ ਵਾਤਾਵਰਨ ਸਾਫ਼ ਰਹਿ ਸਕੇ। ਜਿੱਥੇ ਦੂਜੇ ਜੀਵ ਅਤੇ ਪੰਛੀ ਨਹੀਂ ਪਹੁੰਚ ਪਾਉਂਦੇ ਕਾਂ ਦੀ ਅਕਲ ਤੇ ਚੁੰਝ ਉਸ ਜਗ੍ਹਾ ਤੇ ਪਹੁੰਚ ਜਾਂਦੀ ਹੈ। ਕਾਂ ਕੱਲੇ ਸਾਊਥ ਤੇ ਨਾਰਥ ਪੋਲ ਅੰਟਾਰਟਿਕਾ ਤੇ ਅਮਰੀਕਾ ਦੇ ਜਨੇਬੀ ਨੂੰ ਛੱਡ ਕੇ ਹਰ ਇੱਕ ਜਗ੍ਹਾ ਦੇ ਉੱਪਰ ਪਾਏ ਜਾਂਦੇ ਨੇ। ਇਸ ਜੀ ਕਾਂ ਦੇ ਬਾਰੇ ਰੌਚਕ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।